ਮੇਰਾ ਦੀ ਯਾਦ 'ਚ ਨਿਕਲੇ ਸਪਨਾ ਚੌਧਰੀ ਦੇ ਹੰਝੂ। ਸਪਨਾ ਚੌਧਰੀ ਹਰਿਆਣਾ ਦੀਆਂ ਮਸ਼ਹੂਰ ਡਾਂਸਰਾਂ ਵਿੱਚੋਂ ਇੱਕ ਹੈ। ਹਰ ਰੋਜ਼ ਅਦਾਕਾਰਾ ਦਾ ਕੋਈ ਨਾ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਨਜ਼ਰ ਆਉਂਦਾ ਰਹਿੰਦਾ ਹੈ, ਜਿਸ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਜਾਂਦੀ ਹੈ। ਇਸ ਦੌਰਾਨ ਹੁਣ ਸਪਨਾ ਨੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਨਵੀਂ ਵੀਡੀਓ 'ਚ ਸਪਨਾ ਡਾਂਸ ਕਰਦੀ ਨਹੀਂ, ਸਗੋਂ ਉਦਾਸ ਨਜ਼ਰ ਆ ਰਹੀ ਹੈ। ਦਰਅਸਲ ਅਦਾਕਾਰਾ ਨੂੰ ਆਪਣੀ ਪਿਤਾ ਦੀ ਯਾਦ ਸਤਾ ਰਹੀ ਹੈ। ਸਾਹਮਣੇ ਆਈ ਇਸ ਵੀਡੀਓ 'ਚ ਸਪਨਾ ਪਾਪਾ ਭੁਪਿੰਦਰ ਅਤਰੀ ਦੀ ਫੋਟੋ ਸਾਹਮਣੇ ਬੈਠੀ ਕਾਫੀ ਭਾਵੁਕ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਅੱਖਾਂ ਨਮ ਹਨ, ਆਪਣੇ ਪਿਤਾ ਦੀ ਤਸਵੀਰ ਵੱਲ ਲਗਾਤਾਰ ਦੇਖ ਰਹੀ ਹੈ। ਵੀਡੀਓ ਦੇ ਪਿੱਛੇ ਜੁਦਾਈ ਫਿਲਮ ਦਾ ਗੀਤ ਤੂੰ ਮੇਰੀ ਜਾਨ ਹੈ, ਤੂੰ ਮੇਰੀ ਧੜਕਨ, ਜੁਦਾਈ ਜੁਦਾਈ ਕਭੀ ਆਏ ਨਾ ਜੁਦਾਈ ਸੁਣਾਈ ਦੇ ਰਿਹਾ ਹੈ। ਕੈਪਸ਼ਨ 'ਚ ਉਸਨੇ ਲਿਖਿਆ ਕਿ ਮੈਂ ਤੁਹਾਨੂੰ ਕਦੇ ਵੀ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦੀ, ਹੱਥਾਂ ਨਾਲ ਛੂ ਨਹੀਂ ਸਕਦੀ, ਪਰ ਮੈਂ ਤੁਹਾਨੂੰ ਹਮੇਸ਼ਾ ਆਪਣੇ ਦਿਲ 'ਚ ਮਹਿਸੂਸ ਕਰ ਸਕਦੀ ਹਾਂ। ਸਪਨਾ ਨੂੰ ਇਸ ਤਰ੍ਹਾਂ ਦੇਖ ਕੇ ਉਹਨਾਂ ਦੇ ਫੈਨਸ ਵੀ ਕਾਫੀ ਉਦਾਸ ਹੋ ਗਏ। ਪ੍ਰਸ਼ੰਸਕ ਸਪਨਾ ਨੂੰ ਹੌਸਲਾ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ ਕਿ ਤੁਸੀਂ ਬਿਲਕੁਲ ਆਪਣੇ ਪਿਤਾ ਵਰਗੇ ਲੱਗਦੇ ਹੋ। ਇੱਕ ਹੋਰ ਨੇ ਲਿਖਿਆ ਕਿ ਜੋ ਨਾਲ ਨਹੀਂ ਰਹਿੰਦਾ ਉਹ ਸਾਡੇ ਦਿਲ ਵਿੱਚ ਹਮੇਸ਼ਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਸਪਨਾ ਚੌਧਰੀ 14 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੰਬੀ ਬਿਮਾਰੀ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਪਨਾ ਨੇ ਮੋਢਿਆਂ 'ਤੇ ਆ ਗਈਆਂ। ਸਪਨਾ ਨੇ ਰਾਗਿਨੀ ਨੂੰ ਗਾਣਾ ਅਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਲ ਆਪਣੇ ਪਰਿਵਾਰ ਦਾ ਪੇਟ ਭਰਿਆ। ਬਿਗ ਬੌਸ 11 ਵਿੱਚ ਆਉਣ ਤੋਂ ਬਾਅਦ ਸਪਨਾ ਦੇ ਕਰੀਅਰ 'ਚ ਵੱਡਾ ਮੋੜ ਆਇਆ। ਇਸ ਸ਼ੋਅ ਨਾਲ ਅਦਾਕਾਰਾ ਕਾਫੀ ਮਸ਼ਹੂਰ ਹੋ ਗਈ ਸੀ। ਫਿਲਹਾਲ ਸਪਨਾ ਚੌਧਰੀ ਆਪਣੇ ਪਰਿਵਾਰ ਨਾਲ ਖੁਸ਼ਹਾਲ ਵਿਆਹਤਾ ਜੀਵਨ ਦਾ ਆਨੰਦ ਮਾਣ ਰਹੀ ਹੈ।